ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਪੀਆਰ 126 ਦੇ ਮੁਤਲਕ ਇੱਕ ਪਹਿਲਾਂ ਵੀ ਵੀਡੀਓ ਪਾਈ ਆ ਤੇ ਇਹ ਵੀ ਜਿਹੜੀ ਵੀਡੀਓ ਆ ਇਹ ਪੀਆਰ 126 ਜਿੰਨਾਂ ਨੂੰ ਨਹੀਂ ਮਿਲਿਆ ਉਹਨਾਂ ਕਿਸਾਨਾਂ ਲਈ ਹੈ ਜਿਨ੍ਹਾਂ ਨੇ ਮੱਕੀ ਲਾਈ ਹੋਈ ਆ ਜਾਂ ਮੂੰਗੀ ਲਾਈ ਹੋਈ ਆ ਤੁਸੀਂ ਜੁਲਾਈ ਦੇ ਵਿੱਚ ਜਾ ਕੇ ਖੇਤ ਖਾਲੀ ਕਰੋਗੇ ਉਹਨੇ ਉਸੇ ਉਹਨੇ ਪੈਰੀ ਤੁਸੀਂ ਕੱਦੂ ਕਰਕੇ ਪਨੀਰੀ ਨੂੰ ਪਾਟ ਕੇ ਖੇਤ ਚ ਲਾਉਣਾ ਤੁਹਾਨੂੰ ਘੱਟ ਸਮੇ ਵਾਲੀਆਂ ਕਿਸਮਾਂ ਚਾਹੀਦੀਆਂ ਜਾਂ ਤਾਂ ਤੁਸੀਂ 1500 916 92 ਬਾਸਮਤੀ ਵੱਲ ਜਾਓਗੇ ਪਰ ਜਿੰਨਾ ਮੰਡੀਆਂ ਦੇ ਵਿੱਚ ਪ੍ਰੋਪਰ ਨਹੀਂ ਵਿਖਦੀ ਹੈਗੀ ਉੱਥੇ ਪਰਮਲ ਵੈਰਾਈਟੀਆਂ ਲੱਗਦੀਆਂ ਜਾਂ ਹਾਈਬ੍ਰਿਡ ਲੱਗਦੀਆਂ ਚਾਹ 126 ਦਾ ਤੁਹਾਨੂੰ ਬੀ ਸਹੀ ਨਹੀਂ ਮਿਲਿਆ ਜਾਂ ਤੁਸੀਂ ਲਿਆ ਨਹੀਂ ਜਾਂ ਤੁਹਾਡੇ ਕੋਲੇ ਪਲੈਨਿੰਗ ਹੈਗੀ ਹੈ ਵੀ ਅਸੀਂ ਸ਼ਾਰਟ ਰੀਸ਼ਨ ਵੈਰਾਈਟੀ ਲਾਉਣੀ ਆ ਜਾਂ ਤਾਂ ਕਾਫੀ ਫਾਰਮਰ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਲਾ ਰਹੇ ਆ ਜਾਂ ਇਸ ਤਰ੍ਹਾਂ ਦੇ ਖੇਤ ਆ ਮੈਂ ਪਹਿਲਾਂ ਜਿਹੜੀ ਵੀਡੀਓ ਪਾਈ ਆ ਉਹਦਾ ਮਤਲਬ ਇਹ ਸੀ ਕਿ 2017 ਦੇ ਵਿੱਚ ਜਦੋਂ PR 126 ਵੈਰਾਈਟੀ ਰਿਲੀਜ਼ ਹੋਈ ਆ ਤਾਂ ਉਹਦੇ ਡੈਮੋ ਪਹਿਲਾਂ ਹੋ ਚੁੱਕੇ ਸੀ ਇਹ ਸਿੱਧ ਹੋ ਗਿਆ ਸੀ ਵੈਰਾਈਟੀ ਦੇ ਰੀਲੀਜ਼ ਕਰਨ ਸਮੇਂ ਸਪੈਸ਼ਲੀ ਸਪਸ਼ਟ ਤੌਰ ਤੇ ਕਹਿਤਾ ਸੀਗਾ ਵੀ ਇਹ ਹਲਕੀਆਂ ਜ਼ਮੀਨਾਂ 'ਚ ਨਹੀਂ ਹੋਣੀ ਇਹ 2 ਨੰਬਰ 4 ਨੰਬਰ 5 ਨੰਬਰ ਪਾਣੀ ਦੀ ਬਿਲਕੁਲ ਨਹੀਂ ਹੋਣੀ ਜਿਵੇਂ ਪੰਜਾਬ ਦੇ ਵਿੱਚ ਕੁਝ ਫਰੋਜਪੁਰ 벨ਟ ਜਲਾਲਾਬਾਦ 벨ਟ ਜਾਂ ਮੁਕਸਰ 벨ਟ ਅਬੋਰ 벨ਟ ਇਹਨਾਂ ਦੇ ਵਿੱਚ ਕੁਝ ਪਾਣੀ ਖਾਰੇ ਆ ਜਾਂ ਪਾਣੀਆਂ ਦੀ ਜਿਹੜੀ ਪੀ ਐਚ ਬਹੁਤ ਜ਼ਿਆਦਾ ਹਾਈ ਹੈ ਤੇ ਨਹਿਰੀ ਪਾਣੀ ਜਿੱਥੇ ਅਵੇਲੇਬਲ ਨਹੀਂ ਹੈਗਾ ਤੇ ਉੱਥੇ ਪੀ ਆਰ 126 ਜੇ ਅਰਲੀ ਲੱਗ ਜਾਂਦੀ ਹੈ ਤਾਂ ਫੇਲ ਹੋ ਜਾਂਦੀ ਹੈ ਝਾੜਨੀ ਆਉਂਦਾ ਹੈਗਾ ਕਿਉਂਕਿ ਇਹਦੀ ਜਿਹੜੀ ਵੈਜੀਟੇਟਿਵ ਗਰੋਥ ਆ ਟਿੱਲਰ ਮਾਰਨ ਦੀ ਜਿਹੜੀ ਅਵਸਥਾ ਉਹ ਬਹੁਤ ਸ਼ਾਰਟ ਆ ਤੇ ਜੇ ਉਹ ਗਰਮੀ ਪੈਣ ਕਰਕੇ ਨੰਗੀ بارش ਨਾ ਹੋਈ ਜਾਂ ਬੂਟਾ ਸਟ੍ਰੈਸ ਦੇ ਵਿੱਚ ਰਿਹਾ ਤਾਂ ਅੱਗੇ ਜਾ ਕੇ ਉਹਨੇ ਫਿਰ ਜਿਹੜਾ ਕੰਮ ਕਰਨਾ ਨਿਸਰਨਾ ਉਹ ਸ਼ੁਰੂ ਕਰ ਦਿੰਦਾ ਤਾਂ ਜਿਹੜੀ ਜੇਕੇ 2083 ਦੀ ਵੈਰੈਟੀ ਦੀ ਮੈਂ ਇਸ ਗੱਲ ਵੈਰੈਟੀ ਚ ਕਰ ਰਿਹਾ ਕਿ ਹਲਕੀ ਦਰਮਿਆਨੀ ਜ਼ਮੀਨ ਤੋਂ ਭਾਰੀ ਜ਼ਮੀਨ ਜਿੰਨੀ ਮਰਜ਼ੀ ਭਾਰੀ ਜ਼ਮੀਨ ਹੋਵੇ ਪਰ ਉਸ ਖੇਤ ਦੇ ਵਿੱਚ ਰਿਕਾਰਡ ਹੋਣਾ ਚਾਹੀਦਾ ਕਿ ਤੋਡੇ ਖੇਤ ਦੇ ਵਿੱਚ ਝੋਨਾ ਹੀ ਲੱਗਦਾ ਹੋਣਾ ਚਾਹੀਦਾ ਘੱਟੋ ਘੱਟ 5 ਤੋਂ 6 ਵਾਰ ਉਸ ਖੇਤ ਦੇ ਵਿੱਚ ਝੋਨਾ ਲੱਗ ਚੁੱਕਿਆ ਹੋਵੇ ਜੇ ਤੁਸੀਂ ਕੱਦੂ ਕਰਕੇ ਝੋਨਾ ਲਾਉਨੇ ਹੋ ਤਾਂ ਉਸ ਖੇਤ ਦੇ ਵਿੱਚ ਵਧੀਆ ਸਟੇਬਿਲਟੀ ਹੋਵੇ ਝੋਨੇ ਦੇ ਝਾੜ ਦੀ ਮਤਲਬ ਕਿ ਝੋਨੇ ਦੇ ਜਿਹੜਾ ਮਾੜਾ ਅਸਰ ਨਹੀਂ ਪੈਂਦਾ ਦਰਮਿਆਨੀਆਂ ਜ਼ਮੀਨਾਂ ਵਿੱਚ ਕਈ ਵਾਰ ਨਹਿਰੀ ਪਾਣੀ ਨਾ ਲੱਗਣ ਕਰਕੇ ਜਾਂ ਕੱਦੂ ਸਹੀ ਤਰੀਕੇ ਨਾਲ ਨਾ ਹੋਣ ਕਰਕੇ ਬਾਰਿਸ਼ਾ ਨਾ ਹੋਣ ਕਰਕੇ ਜਿੰਕ ਲੋਹੇ ਦੀ ਘਾਟ ਆਉਂਦੀ ਹੈ ਪਲਾਂਟ ਮੱਚ ਵੀ ਜਾਂਦੇ ਆ ਜਿੰਨਾ ਕਰਕੇ ਜਿਹੜੀਆਂ ਘੱਟ ਸਮੇ ਵਾਲੀਆਂ ਕਿਸਮਾਂ ਜਿਹੜੀਆਂ 120 ਤੋਂ ਲੈ ਕੇ 130 ਦਿਨ ਦੀਆਂ ਕਿਸਮਾਂ ਜਿਹੜੀਆਂ ਉਹ ਸਟ੍ਰੈਸ ਚ ਹੋਣ ਕਰਕੇ ਝਾੜ ਨਹੀਂ ਦੇ ਪਾਉਂਗਾ ਪਰ ਇਹ ਵੈਰੈਟੀ ਆ ਜਿਹੜੀ ਇਹ ਝਾੜ ਦੇ ਜਾਂਦੀ ਆ ਪਰ ਬੂਟੇ ਆਮ ਨਾਲ ਸੰਘਣੇ ਲਾਉਣੇ ਪੈਂਦੇ ਆ ਪਨੀਰੀਏ ਜਿਹੜੀ ਉਹ ਘੱਟ ਸਮੇਂ ਦੀ ਲਾਉਣੀ ਪੈਂਦੀ ਆ ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲੇ ਚੰਗਾ ਪਾਣੀ ਹੋਵੇ ਤਾਂ ਫੇਰ ਹੀ ਇਸ ਵੈਰਟੀ ਨੂੰ ਤੁਸੀਂ ਪਰਖਿਓ ਜਾਂ ਜਿਹੜੇ ਮੈਂ ਦੇਖ ਰਿਹਾ ਕਿ ਕਾਵੇਰੀ ਬ੍ਰਾਂਡ ਆ ਜਾਂ ਹੋਰ ਕਾਫੀ ਬ੍ਰਾਂਡ ਹੈਗੇ ਮਾਰਕੀਟ ਦੇ ਵਿੱਚ ਘੱਟ ਸਮੇਂ ਦੀਆਂ ਕਿਸਮਾਂ ਜਿਨ੍ਹਾਂ ਦੇ ਕੋਲੇ 125 ਦਿਨ ਦੀਆਂ ਕਿਸਮਾਂ 130 ਦਿਨ ਜਾਂ 120 ਦਿਨ ਦੀਆਂ ਕਿਸਮਾਂ ਵੀ ਹਾਈਬ੍ਰਿਡ ਹੈਗੀਆਂ ਜਿਹੜੀਆਂ ਮਾਰਕੀਟ ਵਿੱਚ ਵਿਕ ਰਹੀਆਂ ਚੱਲ ਰਹੀਆਂ ਪਰ ਜਿਨ੍ਹਾਂ ਦੇ ਕੋਲੇ ਹਲਕਾ ਪਾਣੀ ਹੈ ਖਾਰਾ ਪਾਣੀ ਹੈ 2 ਨੰਬਰ ਤੋਂ ਉੱਪਰ ਦਾ ਪਾਣੀ ਹੈ ਜਾਂ ਜ਼ਮੀਨ ਹਲਕੀ ਹੈ ਤਾਂ ਉਹ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਜਿਪਨੀ ਦੀ ਤਿਆਰ ਕਰ ਰਹੇ ਹੋ ਤਾਂ ਕੋਈ ਹੋਰ ਰਸਤਾ ਬਣਾ ਲਓ ਮੱਕੀ ਵਾਲੇ ਖੇਤ ਤੋਂ ਬਾਅਦ ਜਾਂ ਮੂੰਗੀ ਵਾਲੇ ਖੇਤ ਤੋਂ ਬਾਅਦ ਉੱਥੇ ਪ੍ਰੈਕਟਿਕਾਂ ਨੇ ਚੰਗਾ ਝਾੜ ਨਹੀਂ ਦੇਣਾ ਹੈਗਾ ਠੀਕ ਹੈ ਹੋ ਸਕਦਾ ਆਪਾਂ ਇੱਕ ਅੱਧੀ ਵਾਰ ਰੌਂਗ ਕ੍ਰੌਪ ਪ੍ਰੈਕਟਿਸ ਕਰਕੇ ਜਿਵੇਂ ਕਿਸਾਨ ਦੇਖਿਆ ਮੈਂ ਮਈ ਦੇ ਵਿੱਚ ਪੀਆਰ 26 ਦੀ ਪਨੀਰੀ ਲਾ ਦਿੰਦੇ ਆ ਜਾਂ 1509 ਦੀ ਪਨੀਰੀ ਲਾ ਲੈਂਦੇ ਆ ਸਤੰਬਰ ਦੇ ਵਿੱਚ ਵੱਢ ਲੈਂਦੇ ਆ ਫਿਰ ਆਲੂ ਲਾਉਣੇ ਆ ਜਾਂ ਮਟਰ ਜਾਂ ਗਾਜਰਾ ਹੋਰ ਚੀਜ਼ਾਂ ਲਾਉਣੀਆਂ ਆ ਤੁਸੀਂ ਤਾਂ ਉਹ ਇੱਕ ਰੋਂਗ ਕ੍ਰੌਪ ਪ੍ਰੈਕਟਿਸ ਹੈ ਉੱਥੇ ਆਪਾਂ ਪਹਿਲਾਂ ਹੀ ਮੰਨ ਕੇ ਚੱਲਦੇ ਹੁੰਦੇ ਆ ਵੀ ਝਾੜ ਘਾਟ ਆਊਗਾ ਥੋੜਾ ਜਿਹਾ ਪਰ ਜਦੋਂ ਆਪਾਂ ਇੱਕ ਥਰਡ ਕ੍ਰੌਪ ਆ ਜਿਹੜੀ ਉਹ ਲੈ ਲਈ ਮੱਕੀ ਆਪਣੀ ਜਾਂ ਮੂੰਗੀ ਇਹ ਥਰਡ ਕ੍ਰੌਪ ਸੀਗੀ ਇਹ ਆਪਣੀ ਮੇਨ ਕ੍ਰੌਪ ਨਹੀਂ ਸੀਗੀ ਜਿੰਨੀ ਹੋ ਗਈ ਠੀਕ ਹੈ ਝੋਨੇ ਦਾ ਆਪਾਂ ਘਟ ਝਾੜ ਨਹੀਂ ਲੈ ਸਕਦੇ ਕੋ ਝੋਨੇ ਦਾ ਚੰਗਾ ਝਾੜ ਆਉਣ ਕਰਕੇ ਕਣਕ ਦਾ ਚੰਗਾ ਝਾੜ ਆਉਣ ਕਰਕੇ ਆਪਣੀ ਸਟੇਬਿਲਟੀ ਬਣਨੀ ਹੈ ਤੇ ਜਿੱਥੇ ਵੀ ਤਿੰਨ ਕ੍ਰੌਪ ਦਾ ਸਿਸਟਮ ਚੱਲ ਰਿਹਾ ਹੈ ਉਹ ਰੈਗੂਲਰ ਨਹੀਂ ਲੈਣਾ ਹੈਗਾ ਮੈਕਸਿਮਮ 2 ਸਾਲ 1 ਸਾਲ ਦੀ ਘੱਟੋ ਘੱਟ ਰੈਸਟ ਦਿਵਾਓ ਤੁਸੀਂ ਜ਼ਮੀਨ ਨੂੰ ਸੋਇਲ ਰੈਸਟ ਜ਼ਰੂਰੀ ਹੈ ਸੋਇਲ ਟੈਸਟਿੰਗ ਵੀ ਜ਼ਰੂਰੀ ਹੈ ਵਾਟਰ ਟੈਸਟਿੰਗ ਵੀ ਜ਼ਰੂਰੀ ਹੈ ਜਿੰਨਾ ਕਿਸਾਨਾਂ ਦੇ ਕੋਲੇ ਆਪਦੇ ਪਾਣੀ ਦੀ ਪ੍ਰਮਖ ਰਿਪੋਰਟ ਹੈਗੀ ਹੈ ਤਾਂ ਜੇਕਰ 20 ਵਿਆਸੀਂ ਤੁਸੀਂ ਲਾ ਸਕਦੇ ਹੋ ਜੇਕਰ ਤੁਹਾਡੀ ਮਿੱਟੀ ਇਹਨੂੰ ਜ਼ਿਆਦਾ ਸੂਟ ਕਰਦੀ ਹੈ ਪਹਿਲਾਂ ਥੋੜੇ ਏਰੀਆ 'ਚ ਲਾ ਕੇ ਦੇਖ ਸਕਦੇ ਹੋ ਫਿਰ ਤੁਸੀਂ ਜ਼ਿਆਦਾ ਏਰੀਆ 'ਚ ਲਾ ਸਕਦੇ ਹੋ ਕੋਸ਼ਿਸ਼ ਇਹ ਹੀ ਕਰੋ ਕਿ ਜਿੰਨੀਆਂ ਵੀ 120 ਤੋਂ 130 ਦੀਆਂ ਕਿਸਮਾਂ ਹੈਗੀਆਂ ਭਾਵੇਂ ਪਰਮਾ ਵਾਲਾ ਭਾਵੇਂ ਹਾਈਬ੍ਰਿਡ ਆ ਪਰ ਉਹ ਥੋੜੇ ਏਰੀਏ ਚ ਲਾ ਕੇ ਪਹਿਲਾਂ ਪਰਖ ਲਈਆਂ ਜਾਣ ਜੇ ਤੁਹਾਡੇ ਵਾਸਤੇ ਨਵੀਆਂ ਜੇ ਤੁਹਾਡੇ ਏਰੀਏ ਚ ਪਹਿਲਾਂ ਕੋਈ ਲੱਗ ਰਹੀ ਹੈ ਜਿਵੇਂ ਪਾਇਨਰ ਦੀਆਂ ਕਿਸਮਾਂ ਲੱਗ ਰਹੀਆਂ ਬੀਅਰ ਦੀਆਂ ਲੱਗ ਰਹੀਆਂ ਸਵਾਨਾਂ ਦੀਆਂ ਲੱਗ ਰਹੀਆਂ ਜਾਂ ਹੋਰ ਕਾਫੀ ਬ੍ਰਾਂਡ ਮਾਰਕੀਟ ਚ ਆਏ ਹੋਏ ਆ ਜਾਂ ਕੁਝ ਅਨਪਰਚਲਿਤ ਅਨਰੀਲੀਜਡ ਵੈਰਾਈਟੀਆਂ ਜਿਹੜੀਆਂ ਉਹ ਵੀ ਮਾਰਕੀਟ ਚ ਚੱਲ ਰਹੀਆਂ ਜਿਹੜੀਆਂ ਹਲਕੇ ਦਰਮਿਆਨੇ ਬਾਣਾ ਚ ਹੋ ਜਾਂਦੀਆਂ ਪਰ ਉਹਨਾਂ ਨੂੰ ਮਾਰਕੀਟ ਕਰਨ ਚ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਪਰ ਕੁਝ ਖਾਸ ਤਰ੍ਹਾਂ ਦੇ ਏਰੀਏ ਹੈਗੇ ਆ ਸੋ ਇਹ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਨੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਤੋ ਨਰ ਦੇ ਨਾਲ ਸੰਬੰਧ ਵੀਡੀਓ ਸਾਂਝੀਆਂ ਕਰਦਾ ਰਹਾਂਗੇ ਪਰ ਜਿਹੜੀ PR126 ਵਾਲੇ ਕਿਸਾਨ ਹੈਗੇ ਆ ਜਿਨ੍ਹਾਂ ਨੂੰ ਕੋਈ ਬੀਜ ਨਹੀਂ ਮਿਲਿਆ ਸੀਗਾ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਸੀ ਤੁਸੀਂ ਨਰਸਰੀ ਤਿਆਰ ਕਰਕੇ ਅੱਗੇ ਮੱਕੀ ਜਾਂ ਮੂੰਗੀ ਤੋਂ ਬਾਅਦ ਆਪਣੇ ਖੇਤ ਵਿੱਚ ਕਦੂ ਕਰਕੇ ਝੋਨਾ ਲਾਉਣਾ ਜੁਲਾਈ ਦੇ ਮਹੀਨੇ ਦੇ ਵਿੱਚ ਲਾਉਣਾ ਤਾਂ ਤੁਸੀਂ ਦੇਖ ਲਓ ਕਦੋਂ ਤੁਹਾਡਾ ਖੇਤ ਖਾਲੀ ਹੋ ਰਿਹਾ ਉਸ ਤਰੀਕੇ ਦੇ ਨਾਲ ਨਰਸਰੀਆਂ ਤਿਆਰ ਕਰੋ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਵੱਡੀ ਪਨੀਰੀ ਲੱਗੀ ਹੋਈ ਚੰਗਾ ਝਾੜ ਨਹੀਂ ਦੇਵੇਗੀ ਸੋ ਇੰਨੀਆਂ ਖ ਜਾਣਕਾਰੀਆਂ ਸਾਂਝੀਆਂ ਕਰਨ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ